ਅਸੀਂ ਪੰਜਾਬੀ ਆ ਪੰਜਾਬ ਨੂੰ ਹਮੇਸ਼ਾ ਵੱਡਾ ਭਰਾ ਕਿਹਾ ਜਾਂਦਾ ਹੈ ਅਸੀਂ ਵੱਡੇ ਭਰਾ ਦਾ کردار ਅਦਾ ਕਰਦਿਆਂ ਕਰਦਿਆਂ ਆਪਣਾ 20 ਲੱਖ ਬੰਦਾ ਜੀਆ ਜੰਤ ਆਪਣੀਆਂ ਜ਼ਮੀਨਾਂ ਡੰਗਰਾਂ ਵੇਹਲੀਆਂ ਛੱਡ ਕੇ ਮਰਵਾ ਕੇ ਕੁਰਬਾਨੀਆਂ ਦੇ ਕੇ ਅਸੀਂ ਮੁਲਕ ਬਣਾ ਲਿਆ ਅਸੀਂ ਵੱਡੇ ਭਰਾ ਵੀ ਬਣ ਗਏ ਲੇਕਿਨ ਵੱਡੇ ਭਰਾ ਬਣਨ ਤੋਂ ਬਾਅਦ ਵੀ ਸਾਡੀ ਸੰਤਾਲੀ ਖਤਮ ਹੀ ਨਹੀਂ ਹੋਈ ਸਾਡੀ ਅੱਜ ਵੀ ਸੰਤਾਲੀ ਚੱਲਦੀ ਪਈ ਹੈ ਕਿ ਅਸੀਂ ਕੇਪੀਕੇ ਚ ਜਾਂਦੇ ਆ ਤਾਂ ਉੱਥੋਂ ਸਾਨੂੰ ਨਫ਼ਰਤ ਨਾਲ ਵੇਖਿਆ ਜਾਂਦਾ ਹਾਂ ਦਾਲਖੋਰ ਪੰਜਾਬੀ ਜੇ ਅਸੀਂ ਬਲੋਚਿਸਤਾਨ ਦੇ ਜਾਂਦੇ ਹਾਂ ਸਾਡੀ ਘੜ ਦੇ ਵੇਖ ਕੇ ਗੋਲੀ ਮਾਰੀ ਜਾਂਦੀ ਹੈ ਅਗਰ ਅਸੀਂ ਸਿੰਧ ਦੇ ਵਿੱਚ ਜਾਂਦੇ ਹਾਂ ਉੱਥੇ ਮਹਾਜਨ ਸਾਨੂੰ ਅੱਕ ਕੱਢ ਕੇ ਵੰਦਾ ਮਤਲਬ ਅੱਜ ਸਾਡੇ ਕੋਲ ਆਪਾਂ ਇੱਥੇ ਡੇਰੇ ਤੇ ਬੈਠੇ ਆਂ ਆ ਅੱਡਾ ਰਹਿ ਹਮੇਸ਼ਾ ਤੁਸੀਂ ਇੱਥੇ ਚਲੋ ਜੇ ਤੁਹਾਨੂੰ ਇੱਥੇ ਅਫਗਾਨੀ ਵੀ ਮਿਲਣਗੇ ਪਟਾਨ ਵੀ ਮਿਲਣਗੇ ਬਸਤਾਂ ਚਲਾਉਂਦੇ ਫਿਰਦੇ ਨੇ ਪਲਾਜ਼ਿਆਂ ਵਿੱਚ ਕੰਮ ਕਰਦੇ ਨੇ ਇਹਨਾਂ ਦੇ ਕੱਪੜਿਆਂ ਦੀਆਂ ਦੁਕਾਨਾਂ ਨੇ ਵੱਡੀਆਂ ਮਾਰਕੀਟਾਂ ਨੇ ਕੋਈ ਬੰਦਾ ਵੀ ਉਹਨੂੰ ਆਫ ਕਰਕੇ ਨਹੀਂ ਬੁਲਾਉਂਦਾ ਕਿ ਉਹ ਬਲਕਿ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਸਾਹਿਬ ਚਾਹੇ ਉਹ ਜੁੱਤੀਆਂ ਵੀ ਪਾਲਿਸ਼ ਕਰਦਾ ਜਾਂ ਛੋਲੇ ਵੇਚਦਾ ਰੇੜੀ ਤੇ ਉਹਨੂੰ ਖਾਨ ਸਾਹਿਬ ਰਿਸਪੈਕਟ ਨਾਲ لیکن ਅਸੀਂ ਉਧਰ ਜਾਣੇ ਆ ਤਾਂ ਸਾਨੂੰ ਮਾਰਿਆ ਜਾਂਦਾ ਹਾਲਾਂਕਿ ਇੱਕ ਆਮ ਬੰਦੇ ਦਾ ਤਾਂ ਕੋਈ قصور ਨਹੀਂ ਲੈ ਚੀਫ ਜਸਟਿਸ ਸਾਹਿਬ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਆ ਉਹਨਾਂ ਨੂੰ ਮੈਂ ਕਹਿਣਾ ਕਿ ਫਿਲ ਫੋਰ ਨੋਟਿਸ ਲੈ ਆਪਦੇ ਵਾਸਤੇ ਤਾਂ ਲੈ ਲੈਨੇ ਆ ਜਦੋਂ ਆਪਦੇ ਘਰ ਦੀ ਗੱਲ ਆndi ਉਹ ਉਹਨਾਂ ਦੇ ਕੰਧ ਨੂੰ ਕੋ ਹੱਥ ਲਾ ਦੇ ਕਹਿੰਦੇ ਤੋਹੀਨੇ ਅਦਾਲਤ ਹੋਗੀ ਸਾਡੇ ਬੱਚੇ ਮਾਰਤੇ ਤੇ ਸਾਡੀ ਸਾਡੀ ਤੋਹੀਨੇ ਅਦਾਲਤ ਤੇ ਕੁਝ ਵੀ ਨਹੀਂ ਸਾਡੇ ਵਾਸਤੇ ਸਾਡੇ ਵਾਸਤੇ ਨੋਟਿਸ ਹੀ ਕੋ ਨਹੀਂ ਰਿਹਾ ਫਿਲ ਫੋਰ ਨੋਟਿਸ ਲਿਆ ਜਾਵੇ ਵਜ਼ੀਰ ਆਜ਼ਮ ਸਾਹਿਬ ਨੂੰ ਮੈਂ ਕਹਿਣਾ ਵੀ ਉਹ ਨੋਟਿਸ ਲੈਣ ਸਾਡੇ ਵਜ਼ੀਰ ਆਜ਼ਮ ਸਾਹਿਬ بلوچستان ਜਾਣ ਉਹ ਉਹਨਾਂ ਮੁਲਜ਼ਮਾਂ ਦਾ ਉੱਥੇ ਪਤਾ ਕਰਾ ਕੇ ਉਹਨਾਂ ਨੂੰ ਫੜਨ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਪੰਜਾਬ ਚ ਲਿਆ ਕੇ ਜਦੋਂ バス ਰੋਕੀ ਗਈ ਨੌ ਨਹੀਂ ਜੀ 11 ਬੰਦੇ ਕਤਲ ਹੋਏ ਨੇ ਜਿਨ੍ਹਾਂ ਵਿੱਚ ਨੌ ਪੰਜਾਬੀ ਨੇ ਤੇ ਦੂਜੇ ਦੋ ਬੰਦੇ ਜਿਹੜੇ ਨੇ ਉਹ ਸ਼ਾਇਦ ਕੇਪੀਸੀ ਦੇ ਨਹੀਂ ਉਹਨਾਂ ਬਾਰੇ ਈ ਤਸਦੀਕ ਨਹੀਂ ਹੋਈ ਤਾਂ ਉਹ ਜਿਹੜੇ ਬੰਦੇ ਪਛਾਣੇ ਗਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਬਾਸ 'ਚ ਵੜ ਕੇ ਉਹ ਬੰਦਾ ਇੱਕ ਦੱਸਦਾ ਕਿ ਉਹਨਾਂ ਨੇ ਈ ਨਾਸ਼ੀ ਕਾਰਡ ਮੰਗੇ ਹੂੰ ਕਿ ਆਪਣੇ ਸ਼ਨਾਖਤੀ ਕਾਰਡ ਦਿਓ ਇਹਨਾਂ ਨੇ ਚਨਾਕੀ ਗੱਲ ਜਦੋਂ ਦਿੱਤੇ ਨੇ ਜਿੱਦਾਂ ਇਹਦਾ ਐਡਰੈਸ ਪੰਜਾਬ ਦਾ ਸੀ ਮੰਡੀ ਬਹਾਉਦੀ ਨੇ ਜ਼ਿਲ੍ਹਾ ਗੁਜਰਾਂਵਾਲਾ ਜਾਂ ਜ਼ਿਲ੍ਹਾ ਗੁਜਰਾਤ ਹੈ ਤਾਂ ਉਹਨਾਂ ਨੇ ਕਿਹਾ ਤੁਸੀਂ ਸਾਈਡ ਤੇ ਆਜੋ ਤੇ ਲਾ ਕੇ ਉਹਨਾਂ ਨੇ ਅਗਵਾ ਕਰਕੇ ਲਿਆ ਗਏ ਨੇ ਦੂਸਰੇ ਦਿਨ ਉਹਨਾਂ ਨਾਲ ਕਾਲ ਜਿਹੜਾ ਗੋਲੀਆਂ ਮਾਰ ਦਿੱਤੀਆਂ ਹਾਂ ਕੇਪੀਕੇ ਦੀ ਗੱਲ ਕਰੀਏ ਸਰਦਾਰ ਟਾਈਪ ਨੇ ਬਲੋਚਸਤਾਨ ਦੇ ਵਿੱਚ ਵੀ ਤਾਂ ਉਹ ਲੋਕ ਆਪਣੀ ਜਿਹੜੀ ਰਾਇਆ ਹੈ ਜਿਹੜੀ ਆਵਾਮ ਹੈ ਉਹਨਾਂ ਦੀ ਆਪਣੀ ਕਾਰਜਗਿਰਦੀ ਤਾਂ ਉਹਨਾਂ ਦੇ ਕੋਲ ਹੁੰਦੀ ਨਹੀਂ ਤੇ ਜਦ ਕਿਤੇ ਇਲੈਕਸ਼ਨ ਚ ਵੋਟ ਮੰਗਣ ਜਾਂ ਵੈਸੇ ਸੱਚੇ ਖੱਬੇ ਕਿਤੇ ਉਹਨਾਂ ਦਾ ਆਪਣੀ ਆਵਾਮ ਨਾਲ ਸਾਹਮਣਾ ਹੁੰਦਾ ਹੀ ਆ ਕਿਸੇ ਜਲਸੇ ਜਲੂਸ ਦੇ ਵਿੱਚ ਤਾਂ ਉਹ ਨਫਰਤ ਸਾਰੀ ਪੰਜਾਬ ਦੇ ਖਿਲਾਫ ਉਹਨਾਂ ਦੇ ਦਿਮਾਗਾਂ ਚ ਪਾਉਂਦੇ ਨੇ ਕਿ ਪੰਜਾਬ ਸਾਡਾ ਹੱਕ ਖਾਂਡ ਹੱਕ ਖਾਂਡਿਆ ਤੁਹਾਡਾ ਪੰਜਾਬ ਤੁਹਾਡਾ ਗੈਸ ਖਾ ਗਿਆ ਪੰਜਾਬ ਤੁਹਾਡੇ ਡਰਾਈ ਫਰੂਟ ਖਾ ਗਿਆ ਜਿਹੜਾ ਪੰਜਾਬ ਲੱਖ ਟਣ ਕਣਕ ਦਿੰਦਾ ਉਹ ਕਿਸੇ ਨੂੰ ਨਹੀਂ ਦਿਸਦਾ ਅਸਲਾਮੁਅਲੈਕਮ ਸਾਰੇ ਹੀ ਦੋਸਤਾਂ ਨੂੰ ਮੈਂ ਨਾਸਰ ਢਿੱਲੋਂ ਤੁਸੀਂ ਜੁੜਿਓ ਸਾਡੇ ਚੈਨਲ ਨਾਸਰ ਢਿੱਲੋਂ ਵਲੌਗਸ ਪੰਜਾਬੀ ਲਾਇਰ ਤੇ ਨਾਲ ਅੰਜਮ ਸਰੋਇਆ ਤੇ ਨਾਲ ਹੰਜਰਾ ਦੇ ਨਾਲ ਚੈਨਲ ਤੇ YouTube ਤੇ ਅੱਜ ਵੈਸੇ ਤੇ ਆਪਾਂ ਵਲੌਗ ਬਣਾਈਦੇ ਵੀਡੀਓਜ਼ ਦੂਜੇ ਵੀ ਕਰੀਦੇ ਆ ਹਰ ਤਰ੍ਹਾਂ ਦੇ ਪ੍ਰੋਗਰਾਮ ਕਰੀਦੇ ਆ ਤੁਹਾਡੇ ਰੂਬਰੂ ਲੈ ਕੇ ਆਈਦੇ ਗੱਲਬਾਤ ਕਰੀਦੀ ਆ ਅੱਜ ਇੱਕ ਖਾਸ ਟੌਪਿਕ ਤੇ ਆਪਾਂ ਇੱਕ ਮੁੱਦੇ ਤੇ ਗੱਲ ਕਰਨ ਦੀ ਆਪਾਂ ਬੈਠਕ ਬਣਾਈ ਆ ਇਹ ਪੋਡਕਾਸਟ ਦੇਸੀ ਪੋਡਕਾਸਟ ਸਾਡੀ ਅੱਜ ਦੀ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਜਨਾਬੇ ਅੰਜਮ ਸੁਰਾਇਆ ਸਾਹਿਬ ਜੀ ਬਿਸਮਿਲਹ ਬਹੁਤ ਮਸ਼ਹੂਰ ਫੇਮਸ ਆਰਟਿਸਟ ਵੀ ਨੇ ਨਾਲ ਆਰਟਿਸਟ ਜੇਬੀ ਹੰજરા ਸਾਹਿਬ ਤੇ ਪਿਛਲੇ ਦਿਨੀ ਵਾਕਿਆਤ ਵਾਵਾ ਸਾਰੇ ਹੁੰਦੇ ਰਹੇ ਸਾਡੇ ਅੱਖਾਂ ਦੇ ਸਾਹਮਣੇ ਲੰਘਦੇ ਬਲੋਚਿਸਤਾਨ ਜਾਂ ਸਿੰਧੀਆਂ ਹੋਰ ਪਾਸੇ ਕੁਝ ਐਸੇ ਵਾਕਿਆਤ ਹੁੰਦੇ ਕਿ ਸਾਨੂੰ ਲੱਗ ਅਸੀਂ ਉਹ ਕੌਮ ਪ੍ਰਸਤੀ ਦੀ ਗੱਲ ਨਹੀਂ ਕਰਦੇ ਹੁੰਦੇ ਕਿ ਉਹ ਇਨਸਾਨ ਸਾਰੇ ਬਰਾਬਰ ਨੇ ਲੇਕਿਨ ਜਿੱਥੇ ਗੱਲ ਕਰਨੀ ਹੋ ਉਥੇ ਕਰੀਦੀ ਹੈ ਪੰਜਾਬ ਤੋਂ ਗਏ ਲੋਕਾਂ ਦੇ ਨਾਲ ਕੁਝ ਹੁੰਦੀ ਨੇ ਇਸ ਤਰ੍ਹਾਂ ਦੇ ਵਾਕਿਆਤ ਕਿਉਂ ਜਿਹੜੇ ਕੋਰਟ ਵੀ ਨਹੀਂ ਕੀਤੇ ਜਾਂਦੇ ਪਿਛਲੇ ਦਿਨੀ ਆ ਵਾਕਿਆ ਆ ਨੋਸ਼ਕੀ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਨੌ ਜਿਹੜੇ ਪੰਜਾਬ ਦੇ ਮੁੰਡੇ ਸਨ ਨੌਜਵਾਨ ਉਹ ਜ਼ਾਇਰੀ ਇਨਸਾਨੀਆ ਉਹ ਵਾਟਸਐਪਰ ਜਿੱਥੇ ਵੀ ਗਏ ਸਨ ਉਹ ਗਏ ਸਨ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਬਲੋਚਿਸਤਾਨ ਦੇ ਵਿੱਚ ਨੋਸ਼ਕੀ ਦੇ ਕੋਲ ਉਹਦੀ ਆਵਾਜ਼ ਜਿਹੜੀ ਵਾ ਕਿਸੇ ਨੇ ਨਹੀਂ ਚੁੱਕੀ ਨਾ ਸਾਡੇ ਸੋਸ਼ਲ ਮੀਡੀਆ ਤੇ ਨਾ ਕਿਤੇ ਮੀਡੀਆ ਤੇ ਲੇਕਿਨ ਉਥੋਂ ਦੇ ਲੋਕਲ ਜਿਹੜੇ ਪੰਜ ਮੰਡੀ ਦੇ ਮੁੰਡੇ ਸਨ ਮੰਡੀ ਭਾਉ ਦਿੰਦੇ ਉਹ ਟਿਕਟੌਕ ਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਗੱਲ ਜ਼ਰੂਰੀ ਉਸ ਮੁੱਦੇ ਤੇ ਆਪਾਂ ਗੱਲ ਕਰਨੀ ਸਾਰਿਆਂ ਨੂੰ ਪਹਿਲਾਂ ਵੈਲਕਮ ਹਜਰਾ ਸਾਹਿਬ ਤੁਹਾਨੂੰ ਹਾਂਜੀ ਸੋਇਆ ਸਾਹਿਬ ਵੈਲਕਮ ਅੱਜ ਦੇ ਪ੍ਰੋਗਰਾਮ 'ਚ ਮੈਂ ਹੋਸਟ ਵੀ ਹਾਂ ਤੁਸੀਂ ਵੀ ਹੋਸਟ ਹੋ ਕਿਉਂਕਿ ਸਾਰੇ ਚੈਨਲਾਂ 'ਆ ਤੇ ਸਾਡੀ ਪੋਡਕਾਸਟ ਜਾਣੀ ਹਾਂਜੀ ਬਿਲਕੁਲ ਅੱਛਾ ਹਜਰਾ ਸਾਹਿਬ ਪਹਿਲਾਂ ਗੱਲ ਆਪਾਂ ਸ਼ੁਰੂ ਕਰਦੇ ਹਾਂ ਇਹ ਵਾਕਿਆ ਜਿਹੜੇ ਇਕੱਲੇ ਬਲੋਚਿਸਤਾਨ 'ਚ ਹੁੰਦੇ ਆ ਕਿ ਪੰਜਾਬ 'ਚ ਵੀ ਹੁੰਦੇ ਆ ਕਿ ਕੇਪੀਕੇ ਵੀ ਹੁੰਦੇ ਆ ਸਿੰਧ 'ਚ ਵੀ ਹੁੰਦੇ ਆ ਇਹ ਜਿਹੜਾ ਨਾ ਜੀ ਕੌਮ ਪ੍ਰਸਤੀ ਦੀ ਹਵਾ ਹੈ ਜਿਹੜੀ ਉਹ ਆਪਣੇ ਪੰਜਾਬ ਚ ਨਹੀਂ ਨਹੀਂ ਹੈ ਅਗਰ ਹੈ ਵੀ ਇਹ ਤਾਂ ਲੋਕ ਇੰਨੀ ਕਟੜਤਾ ਨਹੀਂ ਰੱਖਦੇ ਹਮ ਬਾਕੀ ਸੂਬਿਆਂ ਦੇ ਵਿੱਚ ਹੈ ਇਹ ਚੀਜ਼ ਔਰ ਉੱਥੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਉਹ ਆਪਣਾ ਤੁਸੀਂ ਲੀਡਰ ਕਹਿ ਲਓ ਜਾਂ ਸਿੰਧ ਵੀ ਇੱਕ ਜ਼ਗੀਰਦਾਰ ਸਿਸਟਮ ਹੈ ਉੱਥੇ ਵੀ ਸਾਰੇ ਜ਼ਗੀਰਦਾਰ ਨੇ ਜਾਂ ਆਪਾਂ ਕੇਪੀਕੇ ਦੀ ਗੱਲ ਕਰੀਏ ਸਰਦਾਰ ਟਾਈਪ ਨੇ ਬਲੂਚਿਸਤਾਨ ਦੇ ਵਿੱਚ ਵੀ ਤਾਂ ਉਹ ਲੋਕ ਆਪਣੀ ਜਿਹੜੀ ਰਿਆਆ ਹੈ ਜਿਹੜੀ ਆਵਾਮ ਹੈ ਉਹਨਾਂ ਦੀ ਆਪਣੀ ਕਾਰਜਗਿਰਦੀ ਤਾਂ ਉਹਨਾਂ ਦੇ ਕੋਲ ਹੁੰਦੀ ਨਹੀਂ ਤੇ ਜਦ ਕਿਤੇ ਇਲੈਕਸ਼ਨ ਚ ਵੋਟ ਮੰਗਣ ਜਾਂ ਵੈਸੇ ਕਿ ਸੱਚੇ ਖੱਬੇ ਕਿਤੇ ਉਹਨਾਂ ਨਾਲ ਆਪਣੀ ਆਵਾਮ ਨਾਲ ਸਾਹਮਣਾ ਹੁੰਦਾ ਹੀ ਆ ਕਿਸੇ ਜਲਸੇ ਜਲੂਸ ਦੇ ਵਿੱਚ ਤਾਂ ਉਹ ਨਫਰਤ ਸਾਰੀ ਪੰਜਾਬ ਦੇ ਖਿਲਾਫ ਉਹਨਾਂ ਦੇ ਦਿਮਾਗਾਂ ਚ ਪਾਉਂਦੇ ਨੇ ਕਿ ਪੰਜਾਬ ਸਾਡਾ ਹੱਕ ਖਾਂਡ ਹੱਕ ਖਾਂਡਿਆ ਤੁਹਾਡਾ ਪੰਜਾਬ ਤੁਹਾਡਾ ਗੈਸ ਖਾ ਗਿਆ ਪੰਜਾਬ ਤੁਹਾਡੇ ਡਰਾਈ ਫਰੂਟ ਖਾ ਗਿਆ ਜਿਹੜਾ ਪੰਜਾਬ ਲੱਖ ਟਣ ਕਣਕ ਦਿੰਦਾ ਉਹ ਕਿਸੇ ਨੂੰ ਨਹੀਂ ਦਿੰਦਾ ਹੈਨਾ ਪੰਜਾਬ ਬਿੱਲ ਵੀ ਦਿੰਦਾ ਗਿਆ ਇਸੇ ਹੁਣ ਗੱਲ ਇਹ ਕਿ ਤੁਸੀਂ ਪੁੱਛਿਆ ਕਿ ਸਿਰਫ بلوچستان ਚ ਹੁੰਦੇ ਨੇ ਜਾਂ ਬਾਕੀ ਸੂਬਿਆਂ ਇਹ तकरीबन ਸਿੰਧ ਚ ਵੀ ਬਹੁਤ ਪਹਿਲੇ ਹੁੰਦੇ ਰਹੇ ਨੇ ਜਨਰਲ ਜ਼ਿਆਦ ਦੇ ਦੌਰ ਤੋਂ ਬਾਅਦ ਵੀ ਉਹ ਅਗਲੇ ਦਿਨ ਵੀ ਕਿਸੇ ਨੇ ਪੋਸਟ ਪਾਈ ਹੋਈ ਸੀ ਕਿ ਜਾਨ ਤੇਰੀ ਨੂਰੋਂਦੇ ਪਿਆ ਹੁਣ ਤੱਕ ਲਾਸ਼ਾਂ ਢੋਂਦੇ ਪੈਣ ਬਾਕੀ ਸੂਬਿਆਂ ਦੇ ਵਿੱਚ ਵੀ ਇਹ ਹੁੰਦਾ ਪੰਜਾਬੀਆਂ ਦੇ ਨਾਲ ਇੱਕ ਨਾ ਸਿੰਧ ਦੇ ਵਿੱਚ ਵੀ ਹੁੰਦਾ ਰਿਹਾ ਉੱਥੇ ਵੀ ਇੱਕ ਨਾਰਾ ਚੱਲਦਾ ਰਿਹਾ ਕਿ ਧੋਤੀ ਕੁੜਤਾ ਤਾਨ ਕੇ ਰੱਖੋ ਪੰਜਾਬੀ ਗੋਬਾਂਦ ਕੇ ਰੱਖੋ ਇਹ ਸਿਸਟਮ ਤਾਂ ਲੇਕਿਨ ਬਲੋਚਿਸਤਾਨ ਦੇ ਵਿੱਚ ਕੁਝ ਜ਼ਿਆਦਾ ਕਿ ਬਲੋਚਿਸਤਾਨ ਦੇ ਵਿੱਚ ਉਧਰ ਜ਼ਾਇਰੀਨ ਵੀ ਜਾਂਦੇ ਨੇ ਰਾਨ ਵਾਲੀ ਸਾਈਡ ਤੇ ਇਥੋਂ ਲੋਕ ਮਜ਼ਦੂਰੀ ਕਰਨ ਵੀ ਜਾਂਦੇ ਨੇ ਕੁਝ ਲੋਕ ਇਥੋਂ ਬਰੂਨੇ ਮੁਲਕ ਜਾਣ ਵਾਸਤੇ ਤੇ ਡਾਂਕੀ ਵੀ ਲਾਉਂਦੇ ਆ ਹਾਂ ਡਾਂਕੀ ਬੁਲਾਉਂਦੇ ਆ ਮੈਂ ਖਾਸ ਤੌਰ ਤੇ ਗੱਲ ਕਰਦਾ ਵੀ ਜਿਹੜੀ ਖਾਸ ਮੰਡੀ ਦੇ ਜਿਹੜੇ ਮੁੰਡੇ ਆ ਮੈਨੂੰ ਲੱਗਦਾ ਵੀ ਡਾਂਕੀ ਆ ਉਹ ਇਧਰ ਡਾਂਕੀ ਵਾਲੇ ਹਾਂ ਹਾਂ ਜੀ ਲੇਕਿਨ ਉਹ ਵੀ ਤੇ ਵੇਖੋ ਨਾ ਉਹ ਕਿਹੜਾ ਵੀ ਲੇਕਿਨ ਵੱਡਾ ਫੈਕਟਰ ਇਹ ਵੇਖ ਕੇ ਜਦੋਂ ਬੱਸ ਰੋਕੀ ਗਈ 9 ਨਹੀਂ ਜੀ 11 ਬੰਦੇ ਕਤਲ ਹੋਏ ਨੇ ਜਿਨ੍ਹਾਂ ਵਿੱਚ 9 ਪੰਜਾਬੀ ਨੇ ਹਾਂ ਤੇ ਦੂਜੇ ਦੋ ਬੰਦੇ ਜਿਹੜੇ ਨੇ ਉਹ ਸ਼ਾਇਦ ਕੇਪੀਕੇ ਦੇ ਨਹੀਂ ਉਹਨਾਂ ਬਾਰੇ ਈ ਤਸਦੀਕ ਨਹੀਂ ਹੋਈ ਤਾਂ ਉਹ ਜਿਹੜੇ ਬੰਦੇ ਪਛਾਣੇ ਗਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਬਾਸ ਵਿੱਚ ਵੜ ਕੇ ਉਹ ਬੰਦਾ ਇੱਕ ਦੱਸਦਾ ਕਿ ਉਹਨਾਂ ਨੂੰ شناختੀ ਕਾਰਡ ਮੰਗੇ। ਹਮ ਕਿ ਆਪਣੇ شناختੀ ਕਾਰਡ ਦਿਓ। ਇਹਨਾਂ ਨੇ شناختੀ ਕਾਰਡ ਜਦੋਂ ਦਿੱਤੇ ਨੇ ਜਿਹਦਾ ਇਹਦਾ ਐਡਰੈਸ ਪੰਜਾਬ ਦਾ ਸੀ ਮੰਡੀ ਬਹਾਉਦੀ ਨੇ ਜ਼ਿਲ੍ਹਾ ਗੁਜਰਾਣਾਲਾ ਜਾਂ ਜ਼ਿਲ੍ਹਾ ਗੁਜਰਾਤ ਹੈ ਤਾਂ ਉਹਨਾਂ ਨੇ ਕਿਹਾ ਤੁਸੀਂ ਸਾਈਡ ਤੇ ਆਜੋ ਤੇ ਲਾ ਕੇ ਉਹਨਾਂ ਨੇ ਅਗਵਾ ਕਰਕੇ ਲਿਆ ਗਏ ਨੇ ਦੂਸਰੇ ਦਿਨ ਉਹਨਾਂ ਨਾਲ ਕਾਲ ਜਿਹੜਾ ਗੋਲੀਆਂ ਮਾਰ ਦਿੱਤੀਆਂ ਨੇ। ਤਾਂ ਇਹ ਚੀਜ਼ ਜਿਹੜੀ ਹੈ ਨਾ ਵੇਖੋ ਕਿ ਅਸੀਂ ਪੰਜਾਬੀ ਆ ਪੰਜਾਬ ਨੂੰ ਹਮੇਸ਼ਾ ਵੱਡਾ ਭਰਾ ਕਿਹਾ ਜਾਂਦਾ ਹੈ ਅਸੀਂ ਵੱਡੇ ਭਰਾ ਦਾ کردار ਅਦਾ ਕਰਦਿਆਂ ਕਰਦਿਆਂ ਆਪਣਾ 20 ਲੱਖ ਬੰਦਾ ਜੀਆ ਜੰਤ ਆਪਣੀਆਂ ਜ਼ਮੀਨਾਂ ਡੰਗਰਾਂ ਵੇਡੀਆਂ ਛੱਡ ਕੇ ਮਰਵਾ ਕੇ ਕੁਰਬਾਨੀਆਂ ਦੇ ਕੇ ਅਸੀਂ ਮੁਲਕ ਬਣਾ ਲਿਆ ਅਸੀਂ ਵੱਡੇ ਭਰਾ ਵੀ ਬਣ ਗਏ ਲੇਕਿਨ ਵੱਡੇ ਭਰਾ ਬਣਨ ਤੋਂ ਬਾਅਦ ਵੀ ਸਾਡੀ ਸੰਤਾਲੀ ਖਤਮ ਹੀ ਨਹੀਂ ਹੋਈ ਸਾਡੀ ਅੱਜ ਵੀ ਸੰਤਾਲੀ ਚੱਲਦੀ ਪਈ ਹੈ ਕਿ ਅਸੀਂ ਕੇਪੀਕੇ ਤੇ ਜਾਂਦੇ ਆ ਤਾਂ ਉੱਥੋਂ ਸਾਨੂੰ ਨਫ਼ਰਤ ਨਾਲ ਵੇਖਿਆ ਜਾਂਦਾ ਦਾਲਖੋਰ ਪੰਜਾਬੀ ਜੇ ਅਸੀਂ ਬਲੋਚਿਸਤਾਨ ਦੇ ਜਾਂਦੇ ਹਾਂ ਆਹ ਨਾਫੀ ਕਾਰਡ ਦੇਖ ਕੇ ਗੋਲੀ ਮਾਰੀ ਜਾਂਦੀ ਹੈ। ਅਗਰ ਅਸੀਂ ਸਿੰਧ ਦੇ ਵਿੱਚ ਜਾਂਦੇ ਹਾਂ ਉੱਥੇ ਮਹਾਜਨ ਸਾਨੂੰ ਆਪ ਕੱਢ ਕੇ ਵੰਦਾ। ਮਤਲਬ ਅੱਜ ਸਾਡੇ ਕੋਲ ਆਪਾਂ ਇੱਥੇ ਡੇਰੇ ਤੇ ਬੈਠੇ ਆਂ ਆ ਅੱਡਾ ਰਹਿ ਹਮੇਸ਼ਾ। ਤੁਸੀਂ ਇੱਥੇ ਚਲੋ ਜੇ ਤੁਹਾਨੂੰ ਇੱਥੇ ਅਫਗਾਨੀ ਵੀ ਮਿਲਣਗੇ, ਪਟਾਨ ਵੀ ਮਿਲਣਗੇ, ਬਸਤਾਂ ਚਲਾਉਂਦੇ ਫਿਰਦੇ ਨੇ ਪਲਾਜ਼ਿਆਂ ਵਿੱਚ ਕੰਮ ਕਰ ਰਹੇ ਇਹਨਾਂ ਦੇ। ਕੱਪੜਿਆਂ ਦੀਆਂ ਦੁਕਾਨਾਂ ਨੇ, ਵੱਡੀਆਂ ਮਾਰਕੀਟਾਂ ਨੇ। ਕੋਈ ਬੰਦਾ ਵੀ ਉਹਨੂੰ ਆਫਰ ਕਰਕੇ ਨਹੀਂ ਬੁਲਾਉਂਦਾ ਕਿ ਉਹ ਬਲਕਿ ਖਾਨ ਸਾਹਿਬ, ਖਾਨ ਸਾਹਿਬ, ਖਾਨ ਸਾਹਿਬ। ਚਾਹੀਓ ਜੁੱਤੀਆਂ ਉਲੂ ਖਾਨ ਸਾਹਿਬ ਰਿਸਪੈਕਟ ਨਾਲ ਲੇਕਿਨ ਅਸੀਂ ਉਧਰ ਜਾਂਦੇ ਆ ਤਾਂ ਸਾਨੂੰ ਮਾਰਿਆ ਜਾਂਦਾ ਹਾਲਾਂਕਿ ਇੱਕ ਆਮ ਬੰਦੇ ਦਾ ਤਾਂ ਕੋਈ ਕਸੂਰ ਨਹੀਂ ਲੱਗਦਾ ਔਰ ਦੂਜੀ ਵੱਡੀ ਗੱਲ ਇਹ ਵੇਖੋ ਕਿ ਅੱਜ ਉਹ ਕੱਲ੍ਹ ਨੂੰ ਵਾਕਿਆ ਹੋਇਆ ਇਸ ਤੋਂ ਪਹਿਲਾਂ ਹਜ਼ਾਰਾਂ ਵਾਕਿਆ ਹੋਏ ਨੇ ਇਹ ਕੋ ਪਹਿਲਾ ਵਾਕਿਆ ਨਹੀਂ ਲੇਕਿਨ ਉਹ ਲੋਕ ਹੁੰਦੇ ਸਨ ਰਹਿਮਯਾਰ ਖਾਨ ਸਾਦਕਾਬਾਦ ਉਸ ਬੈਟ ਨੇ ਇੱਥੇ ਵੀ ਆਪਾਂ ਗਏ ਇਸ ਗੱਲ ਤੇ ਅੱਗੇ ਆਉਨੇ ਮੈਂ ਪਹਿਲਾਂ ਨਾਲ ਨਾਲ ਅੰਜਮ ਸਰਾਏ ਨੂੰ ਥੋੜਾ ਜਿਹਾ ਆਪਣੇ ਪ੍ਰੋਗਰਾਮ ਦੇ ਵਿੱਚ ਪੋਡਕਾਸਟ ਵਿੱਚ ਸ਼ਾਮਲ ਕਰਨਾ ਸਰਾਏ ਸਾਹਿਬ ਇੱਕ ਖਬਰ ਸੀ ਖਬਰ ਖਬਰ खबर ਸੀ ਮੈਂ ਖਬਰ ਦੀ ਗੱਲ ਕਰਦਾ ਮੁਸਾਫਰ ਮੁਸਾਫਰ ਕਿ ਆ ਗਿਆ ਮਾਰ ਦਿੱਤੇ ਗਿਆ ਲਾ ਕੇ ਮਾਰ ਦਿੱਤੇ ਗਿਆ ਤੇ ਉਹ ਮੁਸਾਫਰ ਸਰ ਮੈਂ ਨਾ ਜੀ ਬੜਾ ਦੁੱਖ ਨਾਲ ਅੱਜ ਇਹ ਗੱਲ ਕਰ ਮੈਂ ਅੱਜ ਤੱਕ ਨਾ ਇਹ ਸੁਬਾਈ ਇਦਾਂ ਕੋਈ ਤਾਅਸਫ ਦੀ ਗੱਲ ਨਹੀਂ ਕੀਤੀ ਸੀ ਇਨਸਾਨੀਅਤ ਦੀ ਗੱਲ ਕੀਤੀ ਸੀ ਬੜੇ ਮਜਬੂਰ ਹੋ ਕੇ ਸਾਨੂੰ ਇਹ ਅੱਜ ਗੱਲ ਕਰਨੀ ਪਈ ਆ ਵੀ ਸਾਡੇ ਨਾਲ ਹੋਈ ਇਦਾਂ ਇੱਕ ਵਾਕਿਆ ਨਹੀਂ ਹਜ਼ਾਰਾਂ ਵਾਕਿਆ ਹਜਰਤ ਸਾਹਿਬ ਨੇ ਬੜੀ ਤਫਸੀਲ ਨਾਲ ਗੱਲ ਕੀਤੀ ਨਾ ਸਿਰ ਢਿੱਲੂ ਸਾਹਿਬ ਨੇ ਕੀਤੀ ਬੜੀ ਤਫਸੀਲ ਦੇ ਨਾਲ ਅੱਗੇ ਗੱਲ ਹੋਈ ਆ ਕਿ ਦੇਖੋ ਸਾਡੇ ਪੰਜਾਬ ਦੇ ਵਿੱਚ ਨਾ ਸਾਡੇ ਮੁੰਡੇ ਵਿਹਲੇ ਫਿਰਦੇ ਆ ਐਡਾ ਵੱਡਾ ਕੋਟਾ ਨੌਕਰੀਆਂ ਦੇ ਵਿੱਚ بلوچستان ਦਾ ਰੱਖਿਆ ਹੈ بلوچستان ਸਾਡਾ ਕਿਸੇ ਦਾ ਨਹੀਂ ਹੈ ਪਰ ਜਦੋਂ ਦੇਲੇ ਦੁਖੇ ਨਾ ਫਿਰ ਗੱਲਾਂ ਕਰਨੀਆਂ ਪੈਂਦੀਆਂ ਫਿਰ ਹਸਪਤਾਲਾਂ ਚ ਕੋਟਾ ਫਿਰ ਯੂਨੀਵਰਸਟੀਆਂ ਦੇ ਵਿੱਚ ਸਟੂਡੈਂਟਾਂ ਦਾ ਕੋਟਾ ਸਾੜਿਆਂ ਨੂੰ ਨਹੀਂ ਜਗ੍ਹਾ ਮਿਲਦੀ ਤੇ ਉਹ ਪਹਿਲਾਂ ਹਾਸਪਤਾਲਾਂ ਦੇ ਵਿੱਚ ਸਾਡੇ ਮੁੰਡੇ ਉੱਥੇ ਕਿਰਾਏ ਤੇ ਕਮਰੇ ਲੈ ਕੇ ਬੈਠੇ ਆ ਤੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਕਮਰੇ ਮਿਲੇ ਹੋਏ بلوچستان ਤੋਂ ਇਦਾਂ ਚੰਗੀ ਗੱਲ ਆ ਮਾੜੀ ਗੱਲ ਨਹੀਂ ਪਰ ਉਹ ਜਿਹੜੇ ਮੁੱਠ ਪਰ دہشتਗਰ ਦੀ ਮੈਂ ਤਾਂ ਕਹੂੰਗਾ ਉਹਨਾਂ ਨੂੰ ਕਿ ਉਹਨਾਂ ਨੇ ਜਿਹੜਾ ਨੇ ਮਾਹੌਲ ਖਰਾਬ ਕੀਤਾ ਫਿਰ ਜਿਹੜੀ ਨਾਸਰ ਢਿਲੂ ਸਾਹਿਬ ਨੇ ਗੱਲ ਕੀਤੀ ਉਹ ਵਕੂਆ ਹੋਇਆ ਸਾਰੇ মিডিਆ ਨੇ ਉਹਨਾਂ ਨੂੰ ਮੁਸਾਫਰ ਕਿਹਾ ਉਹਨਾਂ ਨੂੰ ਪੰਜਾਬੀ ਕਿਸੇ ਨੇ ਨਹੀਂ ਲਿਖਿਆ ਇਹ ਨਹੀਂ ਦੱਸਿਆ ਕਿ ਪੰਜਾਬ ਦੇ ਵਾਸੀ ਸੀ ਪੰਜਾਬ ਦੇ ਰਹਿਣ ਵਾਲੇ ਕਹਿੰਦੇ ਮੁਸਾਫਰ ਲਾ ਕੇ ਜਿ ਮਾਰਤੇ ਅਸੀਂ ਹੁਣ ਮੁਸਾਫਰ ਹੋ ਗਏ ਪੰਜਾਬ ਸਾਰਿਆਂ ਤੋਂ ਵੱਡਾ ਸੂਬਾ ਜਿਹੜਾ ਪੂਰੇ ਪਾਕਿਸਤਾਨ ਨੂੰ ਪਲ ਰਿਹਾ ਤੇ ਇਦਾਂ ਦੇ ਜਵਾਨਾਂ ਨੂੰ ਉਹਨਾਂ ਨੇ ਮੁਸਾਫਰ ਲਿਖਿਆ ਬੜਾ ਮਜਬੂਰ ਹੋ ਕੇ ਗੱਲ ਕਰਨੀ ਪੈਂਦੀ ਆ ਜਦੋਂ ਉਹ بلوچستان ਦੀ ਧੀ ਸਾਡੀ ਵੀ ਧੀ ਸੀ ਮਾਰੂ ਉੱਥੇ ਬੈਠੀ ਨਾ ਲਾਮਾਬਾਦ ਆ ਕੇ ਸਭ ਤੋਂ ਪਹਿਲੀ ਵੀਡੀਓ ਮੈਂ ਬਣਾਈ ਸੀ ਉਹਦੇ ਹੱਕ 'ਚ ਬਣਾਈ ਸੀ بلوچستان ਦੇ ਪੁੱਤਰਾਂ ਦੇ ਹੱਕ 'ਚ ਬਣਾਈ ਸੀ ਤੇ ਸਾਡੇ ਪੁੱਤਰਾਂ ਨੂੰ بلوچستان ਦੇ ਵਿੱਚ ਜਦੋਂ ਦਿਲ ਕਰਦਾ ਗੋਲੀ ਮਾਰ ਕੇ ਲਾਸ਼ਾਂ ਉਹਨਾਂ ਭੇਜ ਦਿੰਦੇ ਕੀ ਗੱਲ ਐਡੇ ਮਾੜੇ ਹਾਲਾਤ ਆ ਗਏ ਪੰਜਾਬ ਦੇ ਜੇ ਅਸੀਂ ਕੋਈ ਗੱਲ ਕਰਾਂਗੇ ਤੇ ਕਹਿਣਗੇ ਬਾਗੀ ਹੋ ਗਏ ਬਗਾਵਤ ਕਰਦੇ ਪਰ ਸਿਆਣੇ ਕਹਿੰਦੇ ਆ ਜਦੋਂ ਬੰਦਾ ਅੰਤ ਬੁਰਾ ਹੁੰਦਾ ਇਸ ਹੱਦ ਤੱਕ ਨਾ ਸਾਨੂੰ ਪਤਾਓ ਵੀ ਅਸੀਂ ਬਗਾਵਤ ਤੇ ਤੋਲ ਆਈਏ ਅਸੀਂ ਵੀ ਉਹਨਾਂ ਨੂੰ ਅੱਖਾਂ ਕੱਢ ਕੇ ਦਿਖਾਣ ਲੱਗੀ ਹੰਜਰਾ ਸਾਹਿਬ ਨੇ ਦੱਸਿਆ ਨਾ ਵੀ ਹਰ ਜ਼ਿਲ੍ਹੇ ਦੀ ਅਸੀਂ ਹਰ ਕੇਪੀਕੇ ਦੀ ਬਲੋਚਿਸਤਾਨ ਦੀ ਅਸੀਂ ਹਮੇਸ਼ਾ ਹੀ ਗੱਲ ਨਹੀਂ ਕੀਤੀ ਇਹ ਸਾਨੂੰ ਬੁੱਧੂ ਕਹਿੰਦੇ ਆ ਹੂੰ ਇਸ ਗੱਲ 'ਚ ਅਸੀਂ ਬੁੱਧੂ ਬਣੇ ਹੋਇਆ ਅੱਛਾ ਹਜਰਾ ਸਾਹਿਬ ਗੱਲ ਇਹ ਆ ਵੀ ਗੱਲ ਕਰਨ ਰਿਹਾ ਸੀ اسلامਾਬਾਦ ਜਿਹੜਾ ਧਰਨਾ ਲਾਇਆ ਸੀ ਮਿਸਿੰਗ ਪਰਸਨਸ ਵਾਲਾ ਬਲੋਚਿਸਤਾਨ ਵਾਲਿਆਂ ਨੇ ਅਸੀਂ ਵੀ ਆਨੇ ਵੀ ਯਾਰ ਕਿਸੇ ਨਾ ਕੋਈ ਜ਼ਿਆਤੀ ਨਹੀਂ ਹੋਣੀ ਚਾਹੀਦੀ ਮਿਸਿੰਗ ਵਾਲਾ ਲਫ਼ਜ਼ ਹੀ ਨਹੀਂ ਹੋਣਾ ਚਾਹੀਦਾ ਮਿਸਿੰਗ ਕਿਉਂ ਹੁੰਦੇ ਆ ਵੀ ਅਸੀਂ ਹਮਾਇਤ ਕਰਦੇ ਜੀ ਉਹਨਾਂ ਦੀ ਸਪੋਰਟ ਕਰਦੇ ਆ ਉਦੋਂ ਜਦੋਂ ਗੱਲ ਹੁੰਦੀ ਆ ਫਿਰ ਦੂਜੇ ਪਾਸੇ ਜਿਵੇਂ ਸੁਰੂਆ ਗੱਲ ਕਰਨਿਆ ਯੂਟਿਊਬਰਜ਼ ਹਾਮਦ ਮੀਰ ਵਰਗੇ ਵੱਡੇ ਜਰਨਲਿਸਟ ਜਵੇਦ ਚੌਧਰੀ ਵਰਗੇ ਹੋਰ ਸਾਰੇ ਜਿੰਨੇ ਵੱਡੇ ਨੈਟਵਰਕ ਨੇ ਉਹਨਾਂ ਨੇ ਉਹਨੂੰ ਫੁੱਲ ਕਵਰ ਕੀਤਾ ਕਵਰੇਜ ਦਿੱਤੀ ਉਹਨਾਂ ਦੀ ਨਿਊਜ਼ ਲਈ ਐਵੇਂ ਜਿੰਨੇ ਦਿਨ ਹੋ ਗਿਆ ਇੱਥੇ ਬੈਠੇ ਆ ਵੀ ਕਰਨੀ ਚਾਹੀਦੀ ਐਜੇ ਕੋਈ ਨੇ ਦੋ رائے ਨਹੀਂ ਆ ਬਿਲਕੁਲ ਇੱਥੇ ਆ ਕੇ ਕਿਉਂ ਨਹੀਂ ਹੋਇਆ ਕਿਸੇ ਨੇ ਇਹ ਨਹੀਂ ਲਿਖਿਆ ਵੀ ਪੰਜਾਬ ਦੇ ਪੁੱਤ ਮੰਡੀ ਬਾਉਦੀਨ ਦੇ ਪੁੱਤ 6-7 ਜਿਹੜੇ ਉਹ بلوچستان ਮਾਰ ਦਿੱਤੇ ਗਏ ਕਿਉਂਕਿ ਮੰਡੀ ਪੰਜਾਬ ਚ ਨਹੀਂ ਮੰਡੀ ਪਾਕਿਸਤਾਨ ਚ ਨਹੀਂ ਉਹਨਾਂ ਦੀ ਕਲਮ ਇਹ ਲਿਖਣ ਲੱਗਿਆ ਕਿਉਂ ਉਹਨਾਂ ਨੂੰ ਦੁੱਖ ਪੈਂਦਾ ਜਾਂ ਉਹਨਾਂ ਨੂੰ ਟਵਿੱਟਰ ਸੋਸ਼ਲ ਮੀਡੀਆ ਤੇ ਆਸੇ ਪਾਸੇ ਕਿਉਂ ਉਹ ਕਿਉਂ ਨਹੀਂ ਲਿਖ ਸਕਦੇ ਜਿਉਂ ਕਿ ਉਹ ਨਹੀਂ ਚਲਾ ਸਕਦਾ ਦੂਜੇ ਚੈਨਲਸ ਕਿਉਂ ਨਹੀਂ ਚਲਾ ਸਕਦੇ ਉਹ ਇਹ ਵੇਖੋ ਨਾ ਜੀ ਗੱਲ ਇਹ ਕਿ ਇਹਦੇ ਦੋ ਫੈਕਟਰ ਨੇ ਕਿ ਸਾਨੂੰ ਮੁਸਾਫਰ ਕਿਉਂ ਲਿਖਦੇ ਨੇ ਹਮੇਸ਼ਾ ਜਦੋਂ ਵੀ ਕਿਤੇ ਇਦਾਂ ਦਾ ਕੋਈ ਵਾਰਦਾਤ ਹੁੰਦੀ ਨਾ ਜੀ ਮਸਾਫਰ ਹੀ ਲਿਖਿਆ ਜਾਂਦਾ ਇਹ ਲਿਖਿਆ ਜਾਂਦਾ ਕਿ ਉਹਨਾਂ ਦਾ تعلق ਫਲਾਣੇ ਜ਼ਿਲ੍ਹੇ ਨਾਲ ਸੀ ਇਹ ਨਹੀਂ ਲਿਖਿਆ ਜਾਂਦਾ ਕਿ ਪੰਜਾਬ ਦੇ ਪੰਜਾਬੀ ਮੈਂ ਇੱਥੇ ਗੱਲ ਥੋੜੀ ਇੰਟਰਪਟ ਕਰਦਾ ਮਸਾਫਰ ਦੀ ਗੱਲ ਹੋਣੀ ਮਸਾਫਰ ਅਸੀਂ ਜਦੋਂ ਇੱਥੋਂ ਉਜੜ ਕੇ ਇੱਧਰ ਆਏ ਆ ਤੇ ਸਾਨੂੰ ਹੁਣ ਤੱਕ ਤੇ ਜਿਹੜੇ ਇੱਥੋਂ ਦੇ ਵਸਿੰਦੇ ਸੀ ਉਹਨਾਂ ਨੇ ਮੰਨਿਆ ਨਹੀਂ ਆਂਦੇ ਵੀ ਦਾਲ ਖਾਣੇ ਆ ਗਏ ਮਹਾਜਰ ਆ ਗਏ ਆਪਣਾਈ ਆ ਗਏ ਤੇ ਉਹ ਉਸ ਮਨਾਸ ਉਹਨਾਂ ਨੂੰ ਮਸਾਫਰ ਤੇ ਨਹੀਂ ਕਹਿੰਦੇ ਵੀ ਉਹਦੋਂ ਆਏ ਨਹੀਂ ਉਹ ਇਹ ਸਾਨੂੰ ਮਤਲਬ ਇਹਨਾਂ ਨੇ ਉਦੀ ਵਜ੍ਹਾ ਹੈ ਕਿ ਇੱਕ ਤਾਂ ਅਸੀਂ ਆਪਣੇ ਆਪ ਨੂੰ ਕਦੀ ਖੁਦ ਐਜ਼ ਅ ਪੰਜਾਬੀ ਔਨ ਕੀਤਾ ਹੀ ਨਹੀਂ ਅਸੀਂ ਅਸੀਂ ਦੱਸਿਆ ਹੀ ਨਹੀਂ ਕਿ ਅਸੀਂ ਪੰਜਾਬੀ ਆ ਜਾਂ ਆਪਣਾ ਪੰਜਾਬੀ ਚੀਜ਼ ਨਾਮ ਆਪਣਾ ਜਾਂ ਆਇਡੈਂਟੀਟੀ ਆਪਣੀ ਮੁੱਖ ਰੱਖੀ ਨਹੀਂ ਤੇ ਨਿਊਜ਼ ਚੈਨਲਾਂ ਨੇ ਜਾਂ ਹਕੂਮਤਾਂ ਨੇ ਤਾਂ ਕੀ ਰੱਖਣੀ ਹੈ ਸਾਨੂੰ ਖੁਦ ਰੱਖਣੀ ਚਾਹੀਦੀ ਸੀ ਦੂਸਰੀ ਗੱਲ ਹੈ ਕਿ ਮਾਰੰਗ ਬਲੋਜ ਜਦੋਂ ਸਲਾਮਬਾਦ ਆ ਕੇ ਬੈਠੀ ਉਹਨੇ ਧਰਨਾ ਇੱਥੇ ਲਾਇਆ ਉਦੋਂ ਲਿਬਰਲ ਪਾਰਟੀਆਂ ਉਸ ਤੋਂ ਵੱਖ ਹੋਰ ਕਈ ਇਨਸਾਨੀ ਹਕੂਕ ਦੇ ਅਲਮਦਾਰ ਬਣਦੇ ਨੇ ਜਿਹੜੇ ਉਹ ਸਾਰੇ ਤਾਂ ਪੋਸਟਾਂ ਪਾ ਰਹੇ ਨੇ ਟਵਿੱਟਰ 트ੈਂਡ ਚਲਾ ਰਹੇ ਨੇ ਮਿਸਿੰਗ ਪਰਸਨ ਲੇਕਿਨ ਅੱਜ ਜਦੋਂ ਸਾਡੇ ਲੋਕ ਸਾਡੇ ਨੌਜਵਾਨ ਸਾਡੀਆਂ ਮਾਵਾਂ ਦੀਆਂ ਕੁੱਖਾਂ ਉਜੜੀਆਂ ਨੇ ਉਦੋਂ ਕਿਸੇ ਬੰਦੇ ਨੇ ਪੋਸਟ ਨਹੀਂ ਪਾਈ ਸਿਵਾਏ ਮੁਸਾਫਰ ਤੋਂ ਕੱਲ ਹੈ ਨਾ ਕਿ ਉਹ ਵੇਖਣਾ ਇਹ ਚਾਹੀਦਾ ਹੈ ਵੀ ਕਿ ਉਹ ਮਿਸਿੰਗ ਪਰਸਨ ਕਿਉਂ ਹੋਏ ਨੇ ਹੂੰ ਠੀਕ ਹੈ ਨਾ ਜੀ ਇਹ ਇਹ ਫੈਕਟਰ ਵੇਖਣ ਵਾਲਾ ਬਣਦਾ ਕਿ ਉਹ ਮਿਸਿੰਗ ਪੰਜਾਬ ਨੇ ਮਿਸ ਤਾਂ ਨਹੀਂ ਕੀਤਾ ਮਿਸ ਤਾਂ ਨਹੀਂ ਕੀਤਾ ਬਿਲਕੁਲ ਉਹਨਾਂ ਦੇ ਦੁੱਖ ਨੇ ਉਹ ਨਫ਼ਰਤ ਜਿਹੜੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਨਫ਼ਰਤ ਆ ਪੰਜਾਬ ਦੇ ਪ੍ਰਤੀ ਹੈ ਕਿਉਂ ਹੈ ਕਿਉਂ ਵੇਖੋ ਨਾ ਜੀ ਰੋਲਾ ਸਾਡਾ ਤਾਂ ਇੱਕ ਆਮ ਬੰਦੇ ਦਾ ਕੋਈ ਨਹੀਂਗਾ ਆਮ ਪੰਜਾਬੀ ਤਾਂ ਇੱਥੋਂ ਬੈਠਾ ਬਲੋਚਿਸਤਾਨ ਦੇ ਵਿੱਚ ਬੰਬ ਨਹੀਂ ਮਾਰਦਾ ਰੋਲਾ ਉਹਨਾਂ ਦਾ ਹਕੂਮਤ ਨਾਲ ਉਹ ਆਪਣਾ ਹਕੂਮਤ ਨਾਲ ਉਹ ਬਹਿ ਕੇ ਕੰਮ ਜਿਵੇਂ ਵੀ ਕਰਨ ਠੀਕ ਹੈ ਉਹ ਬਾਗੀ ਹੋਏ ਨੇ ਬਗਾਵਤ ਕਰਦੇ ਨੇ ਲੇਕਿਨ ਉਹਦੇ ਵਿੱਚ ਉਹ ਆਮ ਆਮ ਨੂੰ ਕਿਉਂ ਮਾਰ ਰਹੇ ਨੇ ਪੰਜਾਬ ਦੇ ਨੂੰ ਔਰ ਦੂਸਰੀ ਗੱਲ ਹੈ ਕਿ ਉਹ ਇਸ ਗੁੱਸੇ ਦੇ ਵਿੱਚ ਪੰਜਾਬੀਆਂ ਨੂੰ ਹੀ ਸਿਰਫ ਟਾਰਗੇਟ ਕਰ ਦਿੰਦੇ ਨੇ ਉਹਨਾਂ ਦਾ ਅਸ਼ਨਾਖਤੀ ਘੜ ਵੇਖ ਕੇ ਕਿ ਉਹ ਕਹਿੰਦੇ ਨੇ ਕਿ ਆਰਮੀ ਜਿਹੜੀ ਆ ਉਹ ਪੰਜਾਬੀਆਂ ਦੀ ਹੈ ਕਿਉਂਕਿ ਆਰਮੀ ਉੱਥੇ ਲੱਗੀ ਹੋਈ ਹੈ ਕੁਝ ਵਿੱਚੋਂ ਡੈਸ਼ ਤਿਰਦੀਆ ਪਾਕਿਸਤਾਨ ਮੁਖਾਲਫ ਉੱਥੇ ਲੋਕ ਬੈਠੇ ਹੋਣੇ ਜਿਹੜੇ ਪ੍ਰੋਪਗੈਂਡਾ ਕਰਕੇ ਅਲੱਗ ਹੋਣ ਦੀ ਗੱਲ ਕਰ ਰਹੇ ਆ ਜਿਹੜੇ ਆਰਮੀ ਨਾਲ ਮੱਥਾ ਲਾਉਂਦੇ ਨੇ ਉਹ ਪੰਜਾਬੀਆਂ ਨੂੰ ਲੋਕਲ ਤਨਜ਼ੀਮਾਂ ਨੇ ਬੀਐਲਏ ਇਸ ਤਰ੍ਹਾਂ ਦੀਆਂ ਕਰਕੇ ਕੁਝ ਉਹ ਜਿਹੜੇ ਤਾਂ ਉਹ ਹੁਣ ਆਰਮੀ ਕਰਕੇ ਪੰਜਾਬ ਦੇ ਆਮ ਮਜ਼ਦੂਰ ਨੂੰ ਆਮ ਪੰਜਾਬੀ ਨੂੰ ਟਾਰਗੇਟ ਕਰਦੇ ਹਨ ਹਾਲਾਂਕਿ ਇਹ ਉਹਨਾਂ ਨੂੰ ਨਹੀਂ ਪਤਾ ਕਿ ਉਹਦੇ ਵਿੱਚ ਆਰਮੀ ਦੇ ਵਿੱਚ ਇਸ ਟਾਈਮ ਮੇਰਾ ਖਿਆਲ ਹੈ ਕਿ 60 ਫੀਸ ਤੋਂ ਵੱਧ ਪਸ਼ਤੂਨ ਨੇ ਹਮ ਆਪਣੇ ਤਾਂ ਹੁਣ ਪੰਜਾਬੀ ਮੁੰਡਿਆਂ ਦਾ ਵੈਸੇ ਵੀ ਆਰਮੀ ਦੇ ਵਿੱਚ ਬਹੁਤ ਘੱਟ ਰਿਆ ਰਿਹਾ ਤੇ ਜਿਹੜੀ ਅਫਸਰੀ ਲੈਣ ਉਹ ਤੁਸੀਂ ਵੇਖ ਲਓ ਸਾਰੀ ਪਸ਼ਤੂਨਾਂ ਦੀ ਇਕੱਲੇ ਪੰਜਾਬੀ ਤਾਂ ਨਹੀਂ ਆਇਆ ਉਹਦੇ ਵਿੱਚ ਤੇ ਫਿਰ ਵੀ ਪੰਜਾਬ ਨੂੰ ਹੀ ਮਾਰਿਆ ਜਾਂਦਾ ਤਾਂ ਇਹਦੇ ਤੇ ਇਹ ਵਿੱਚ ਪਹਿਲੀ ਚੀਜ਼ ਤਾਂ ਇਹ ਹੈ ਕਿ ਸਾਨੂੰ ਥੋੜਾ ਜਿਹਾ ਇਹਦੇ ਤੇ ਆਵਾਜ਼ ਚੱਕਣੀ ਚਾਹੀਦੀ ਹੈ ਹਰ ਬੰਦੇ ਨੂੰ ਹਰ ਚੈਨਲ ਨੂੰ ਲੋਕਾਂ ਦੇ ਵਿੱਚ ਅਵੇਰਨੈਸ ਫਰੋਣੀ ਚਾਹੀਦੀ ਹੈ ਕਿ ਤੁਸੀਂ ਉੱਧਰ ਘੱਟ ਜਾਓ ਹਮ ਕਿਉਂਕਿ ਅਗਰ ਤੁਸੀਂ ਜਾਣਦੇ ਹੋ ਤਾਂ ਉਹ ਮਤਲਬ ਤੁਹਾਨੂੰ ਬਸ ਚੋ ਵੀ ਲਾ ਲੈਂਦੇ ਨੇ ਨਾ ਸ਼ਨਾਖਤੀ ਕਾਰ ਵੀ ਵੇ ਲੈ ਲੈਂਦੇ ਨੇ ਤਾਂ ਇਹ ਗਵਰਨਮੈਂਟ ਇਹਦੇ ਤੇ ਕੋਈ ਨਾ ਕੋਈ ਇਹ ਆਪਣਾ ਡਿਸਕਸ ਕਰਨ ਉਸ ਮੁੱਦੇ ਨੂੰ ਸੀਰੀਅਸ ਲੈਣ ਨੋਟਿਸ ਲਾ ਕੇ ਤੇ ਕੋਈ ਹੱਲ ਕੱਢਿਆ ਜਾਵੇ ਔਰ ਜਿਹੜੇ ਲੋਕਾਂ ਜਿਨ੍ਹਾਂ ਦੇ ਮੁੰਡੇ ਹੋਏ ਨੇ ਕਤਲ ਤਾਂ ਉਹਨਾਂ ਦਾ ਨਾਲ ਗੁਤਮਨ ਕੀਤਾ ਜਾਵੇ ਅੱਛਾ ਗੱਲ ਹੋਣ ਰਹੀ ਸੀ ਆਪਣੇ ਸਰੋਇਆ ਸਾਹਿਬ ਤਾਵਨ ਕੀਤਾ ਜਾਵੇ ਤੇ ਉਧਰ ਨੂੰ ਨਾ ਜਾਇਆ ਜਾਵੇ ਨਾ ਜਾਣ ਦੀ ਗੱਲ ਵੀ ਮਜਬੂਰੀ ਜਿਹੜੀ ਵੀ ਬਹੁਤ ਕੁਛ ਕਰਾ ਦਿੰਦੀ ਮਜਬੂਰੀ ਨਹੀਂ ਵਹਿੰਦੀ ਵੀ ਮੇਰੇ ਅੱਗੇ ਮੌਤ ਹੈ ਰੋਟੀ ਨਹੀਂ ਆਉਂਦੀ ਵੀ ਤੂੰ ਮੈਨੂੰ ਕਮਾਉਣਾ ਕਿਵੇਂ ਤੇ ਢਿੱਡ ਨਹੀਂ ਆਂਦਾ ਵੀ ਤੂੰ ਅੱਗੇ ਮੌਤ ਹੈ ਤੇ ਤੂੰ ਮੈਨੂੰ ਨਾ ਪਰ ਉਹਦੇ ਵੀ ਤੇ ਹੱਲ ਹੈ ਨਾ ਉਹਦੇ ਮਸਲੇ ਵਿਸਾਲ ਹੈ ਨਾ ਮਜ਼ਦੂਰੀ ਉਹ ਕਰਨਾ ਚਾਹੀਦਾ ਸਾਡੇ ਆਰਮੀ ਚੀਫ ਸਾਹਿਬ ਲੈਂਡ ਚੀਫ ਜਸਟਿਸ ਸਾਹਿਬ ਲੈਂਡ ਵਜ਼ੀਰ ਆਜ਼ਮ ਸਾਹਿਬ ਲੈਂਡ ਸਾਨੂੰ ਇਨਸਾਫ ਚਾਹੀਦਾ ਪੰਜਾਬ ਨੂੰ ਇਨਸਾਫ ਚਾਹੀਦਾ ਪੰਜਾਬ ਸਾਰੀਆਂ ਔਖੇਆਈਆਂ ਸਾਡੇ ਵਾਸਤੇ ਸਾਰ ਪਾਸੋਂ ਲਿੱਤਰ ਅਸੀਂ ਖਾ ਰਹੇ ਹਾਂ ਪਰ ਅਸੀਂ ਆਪਣੇ ਪੁੱਤ ਤਾਂ ਹਲਾਲ ਨਹੀਂ ਨਾ ਕਰਾ ਸਕਦੇ ਸਾਨੂੰ ਉਹ ਇਨਸਾਫ ਚਾਹੀਦਾ ਉਹ ਜਿਹੜੇ ਮੁਲਜ਼ਮ ਆ ਉਹ ਚਾਹੇ ਦਸ਼ਤਗਰਦਾਂ ਚਾਹੇ ਕੋਈ ਵੀ ਆ ਉਹਨਾਂ ਨੂੰ ਫਾਹੇ ਲਾਣ ਉਹਨਾਂ ਨੂੰ ਸਾਡੇ ਪੰਜਾਬ ਚ ਲਿਆ ਕੇ ਫਾਹੇ ਲਾਣ ਤਾਂ ਕਿ ਉਹਨਾਂ ਦੇ ਮਾਵਾਂ ਦੇ ਦਿਲ ਠਰਨ ਜਿਨ੍ਹਾਂ ਦੇ ਪੁੱਤਰਾਂ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਉਹਨਾਂ ਤੁਸੀਂ ਯੂਨੀਵਰਸਿਟੀਆਂ ਦੀ ਆਪਾਂ ਅਗਰ ਗੱਲ ਕਰਦੇ ਨਾ ਸੁਰੇਸ਼ ਸਾਹਿਬ ਨੇ ਕੀਤੀ ਕਿ ਯੂਨੀਵਰਸਿਟੀਆਂ ਦੇ ਵਿੱਚ ਇਸ ਤਰ੍ਹਾਂ ਤੇ ਆਪਣੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਆਪਾਂ ਗੱਲ ਕਰ ਲੈਨੇ ਆ ਉੱਥੇ ਹਰ ਕੌਮੀਅਤ ਦੀ ਤਨਜ਼ੀਮ ਹੈ ਹਰ ਕੌਮੀਅਤ ਦੀ ਕਾਉਂ ਬਲੋਚਾਂ ਦੀ ਵੀ ਹੈ ਪਸ਼ਤੂਨਾਂ ਦੀ ਵੀ ਹੈ ਪੰਜਾਬੀਆਂ ਦੀ ਤਾਂ ਹੁਣ 2-3 ਸਾਲ ਤੋਂ ਬਣੀ ਹੈ ਇਹ ਬਾਕੀ ਕੌਮੀਅਤ ਦੀਆਂ ਕੌਂਸਲਾਂ ਪ੍ਰਾਣੀਆਂ ਨੇ ਤਾਂ ਹਰ ਕੌਮ ਦੀ ਉੱਤੇ ਉਹਨੇ ਕੌਂਸਲ ਬਣਾਈ ਆ ਗੁੰਡਾਗਰਦੀ ਵੀ ਕਰਦੇ ਨੇ ਉਹਨਾਂ ਨੇ ਮੁੰਡੇ ਨਸ਼ਾ ਪਤਾ ਵੀ ਵੇਚਦੇ ਨੇ ਉਧਰੋਂ ਲਿਆ ਕੇ ਆਪਦੇ ਇਲਾਕਿਆਂ ਦੇ ਵਿੱਚੋਂ ਤਾਂ ਸਾਡਾ ਕੋਈ ਪੰਜਾਬੀ ਕਿਸੇ ਕੋਈਟੇ ਦੀ ਯੂਨੀਵਰਸਿਟੀ ਵਿੱਚ ਜਾ ਕੇ ਪੜ੍ਹ ਵੀ ਨਹੀਂ ਸਕਦਾ ਬੜਾ ਔਖਾ ਹੈ ਕੌਂਸਲ ਬਣਾਉਣੀ ਤਾਂ ਬੜੀ ਨਾ ਨਾਂ ਲੈਣ ਨਾਂ ਨਹੀਂ ਲੈ ਸਕਦਾ ਪੜ੍ਹਨ ਵਾਲੀ ਦੀ ਦੂਰ ਦੀ ਗੱਲ ਹਾਂ ਪੜ੍ਹਨ ਦੀ ਦੂਰ ਦੀ ਗੱਲ ਹੈ ਕਿ ਇੱਥੇ ਆ ਕੇ ਉਹ ਕਾਉਂਸਲਰ ਵੀ ਬਣਾਉਣ ਰਾਜਵੀਕਰਨ ਔਰ ਦੂਜੇ ਨੰਬਰ ਤੋਂ ਉਹਨਾਂ ਦਾ ਕੋਟਾ ਵੀ ਹੋਏ ਔਰ ਐਕਸਚੇਂਜ ਪ੍ਰੋਗਰਾਮ ਜਿਹੜੇ ਆਉਂਦੇ ਨੇ ਯੂਨੀਵਰਸਿਟੀਆਂ ਦੇ ਬਾਹਰ ਦੇ ਮੁਲਕਾਂ ਦੇ ਵਿੱਚੋਂ ਉੱਥੇ ਵੀ ਦੂਜੇ ਸੂਬਿਆਂ ਦੇ ਬੱਚਿਆਂ ਦਾ ਨਾਮ ਪਾਇਆ ਜਾਂਦਾ ਹੱਕਦਾਰ ਜਿਹੜੇ ਜਿਨ੍ਹਾਂ ਦੇ ਚੰਗੇ ਨੰਬਰ ਹੁੰਦੇ ਨੇ ਉਹਨਾਂ ਪੰਜਾਬ ਦੇ ਉਹਨਾਂ ਨੂੰ ਐਕਸਚੇਂਜ ਪ੍ਰੋਗਰਾਮ ਵਿੱਚ ਉਹਨਾਂ ਦਾ ਨਾਮ ਨਹੀਂ ਰੱਖਿਆ ਜਾਂਦਾ ਸਕਾਲਰਸ਼ਿਪ ਦੀ ਆਪ ਗੱਲ ਕਰ ਲਈਏ ਤਾਂ ਚੋਖੀ ਸਕਾਲਰਸ਼ਿਪ ਇਹਨਾਂ ਨੂੰ ਦਿੱਤੀ ਜਾਂਦੀ ਆ بلوچستان ਤੋਂ ਕਿ ਇਹ ਪਿੱਛੋਂ ਮਤਲਬ ਕਿ ਪਸਮਾਨਦਾ ਨੇ ਇਹ ਮਾੜੇ ਕਰਾਂ ਦੇ ਨੇ ਤਾਂ ਇਸ ਕਰਕੇ ਇਹ ਕਈ ਵਾਰ ਹੋਇਆ ਖੁਦ ਇੱਕ ਮੇਰਾ ਦੋਸਤ ਹੈ ਇੱਥੇ ਪੰਜਾਬੀ ਯੂਨੀਵਰਸਿਟੀ ਪੜਦਾ ਉਹਦਾ ਮਾਂ ਵੀ ਫੋਟ ਹੋਇਆ ਆ ਇਸ ਬੇਸ ਤੇ ਉਹਨੂੰ ਸਕਾਲਰਸ਼ਿਪ ਯੂਨੀਵਰਸਿਟੀ ਚ ਮਿਲਣੀ ਸੀ ਲੇਕਿਨ ਉਹਦੇ ਵਾਈਸ ਚਾਂਸਲਰ ਨੇ ਉਹਦੀ ਸਕਾਲਰਸ਼ਿਪ ਚੁੱਕ ਕੇ ਇੱਕ بلوچستان ਦੇ ਸਟੂਡੈਂਟ ਨੂੰ ਦੇ ਦਿੱਤੀ ਹੂੰ ਉਹਨੂੰ ਉਹਦਾ ਮਾਂ ਵੀ ਹੈਗਾ ਸਾਰਾ ਕੁਝ ਹੈਗਾ ਸਿਰਫ ਉਹਨੂੰ ਕਿਉਂ ਦਿੱਤੀ ਕਿ ਜੀ ਇਹ ਪਸਮਾਨਦਾ ਹੈ ਇਹ ਦੂਜੇ ਸੂਬੇ ਦੇ ਵਿੱਚੋਂ ਆਇਆ ਹੈ ਟਰੈਵਲਰ ਹੈ ਤੇ ਤੇ ਆਪਾਂ ਇਹਨੂੰ ਦੇ ਦੇਣੇ ਠੀਕ ਹੈ ਤੇ ਜਿਹਦਾ ਬੱਚਾ ਯਤੀਮ ਹੈ ਮਸਕੀਨ ਹੈ ਉਹਨੂੰ ਨਹੀਂ ਮਿਲੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਹਰ ਥਾਂ ਤੁਹਾਨੂੰ ਜੀ ਆਣ ਨੂੰ ਕਹੀਏ ਵੈਲਕਮ ਕਰੀਏ ਤੁਸੀਂ ਤੁਸੀ ਸਾਨੂੰ ਮਾਰੋ ਓਵੇਂ ਓਵਰঅল ਵੇਖੀ ਤੇ ਮਸਕੀਨ ਤੇ ਅਸੀਂ ਆ ਕਿ ਪੰਜਾਬ ਦਾ ਪੰਜਾਬੀ ਦੀ ਗੱਲ ਕਰਨ ਵਾਲਾ ਹੈ ਕੋਈ ਨਹੀਂ ਪੰਜਾਬ ਦੀ ਗੱਲ ਕਰਨ ਵਾਲਾ ਹੈ ਕੋਈ ਨਹੀਂ 12 ਕਰੋੜ ਉਹ ਇਕੱਲਾ ਵਾਰਸ ਨੇ ਅੱਛਾ ਜੀ ਉਹਦੇ ਤੇ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਬਾੜੀਆਂ ਦਾ ਦੌਰ ਚੱਲਣ ਰਿਹਾ ਪੁਸਾਕੀ ਆ ਵੀ ਸਾਰੇ ਮੁਲਕ ਨੂੰ ਅਨਾਜ ਦੇਣਾ ਨਾ ਪੰਜਾਬ ਨੇ ਦੇਣਾ ਪੰਜਾਬ 44500 ਮੈਨੂੰ ਲੱਗਦਾ 4000 ਖਰਚਾ ਕਰਕੇ ਨਾ 4500 ਤੇ 3900 ਨੂੰ ਕਹਣਾ ਕਿ ਨਾ ਉਹਨੂੰ ਦੇਣੀ ਹੈ ਹਾਂਜੀ ਠੀਕ ਹੈ ਤੇ ਮਿਹਨਤ ਵੀ ਕਰਨੀ ਹੈ ਤੇ ਜਿਹੜੇ ਕਿੱਲਿਆ-ਕਿੱਲਿਆ ਧੁੰਨ ਵਾਲੇ ਇਹਨਾਂ ਨੂੰ ਬਚਣੀ ਕੋਈ ਸ਼ੈ ਨਹੀਂ ਕਿਸੇ ਨੂੰ ਤੇ ਅਸੀਂ ਉਹਨਾਂ ਦਾ ਵੀ ਖਿਆਲ ਵੀ ਰੱਖਣਾ ਸਾਰੇ ਸੂਬਿਆਂ ਦਾ ਕਿਉਂਕਿ ਬਹੁਤਾ ਬਹੁਤੀ ਕਹਣਗੇ ਇੱਥੇ ਹੋਣੀ ਸਾਰੇ ਪਾਸੇ ਇੱਥੋਂ ਜਾਣੀ ਹੈ ਤੇ ਉਹ ਮੈਨੂੰ ਲੱਗਦਾ ਵੀ ਪੰਜਾਬ ਵਾਲੇ ਨਾ ਤਾਅਸਬ ਨਹੀਂ ਰੱਖਦੇ ਕਿਉਂਕਿ ਸਾਡੇ ਸ਼ਹਿਰਾਂ ਦੇ ਵਿੱਚ ਆਮ ਤੌਰ ਤੇ ਸਾਰੇ ਸਾਰੇ ਕੌਮੀਅਤ ਦੇ ਲੋਕ ਨੇ ਤੇ ਸਾਨੂੰ ਤਾਂ ਕੋਈ ਫਰਕ ਲੱਗਦਾ ਹੀ ਨਹੀਂ ਨਹੀਂ ਲੱਗਦਾ ਤੇ ਉਹਨਾਂ ਨੂੰ ਲੱਗਦਾ ਤੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਦਿਲਾਜੋ ਕਰਨਾ ਚਾਹੀਦਾ ਮਾਵਾ ਦੇ ਪੁੱਤ ਜਿਹੜੇ ਦਾ ਨਹੀਂ ਖੋਣੇ ਚਾਹੀਦੇ ਤੁਸੀਂ ਥੋੜਾ ਸਭ ਕੁਝ ਕਹਿਣਾ ਚਾਹੁੰਦੇ ਜੀ ਉਹ ਜਿਹੜੀ ਤੁਸੀਂ ਕਣਕ ਦੀ ਗੱਲ ਕੀਤੀ ਇਹ ਗੱਲਾਂ ਤਾਂ ਜੀ ਅਸੀਂ ਕਰਨੀਆਂ ਨਹੀਂ ਚਾਹੁੰਦੇ ਸੀ ਕਿਉਂ ਇਹ ਗੱਲ ਆ ਜਾਂਦੀ ਉਹੀ ਪਰ ਸਾਡੀ ਅਸੀਂ ਇਨਸਾਨੀਅਤ ਦੀ ਗੱਲ ਕਰਨ ਵਾਲੇ ਬੰਦੇ ਸੀ ਆਪਣੇ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਵੀ ਇਹ ਪੰਜਾਬ ਮਾਂ ਦਾ ਦਰਜਾ ਰੱਖਦਾ ਜੀ ਤੇ ਮੈਂ ਆਰਮੀ ਚੀਫ ਸਾਹਿਬ ਨੂੰ ਕਹੂੰਗਾ ਵੀ ਐਡੀ ਵੱਡੀ ਫੌਜ ਆ ਸਾਡੇ ਕੋਲ ਐਡੀ ਤਾਕਤ ਆ ਇਹ ਸਾਡੇ ਪੰਜਾਬ ਦੇ ਸਭ ਤੋਂ ਬਹੁਤੇ ਸ਼ਹੀਦਾਂ ਤਮਜ਼ਗਾ ਇਤਿਆਜ਼ ਮਿਲਿਆ ਸਭ ਤੋਂ ਪਹਿਲੀ ਰੇਸ ਦੇ ਵਿੱਚ ਪੰਜਾਬ ਆ ਤੇ ਸਾਡੇ ਪੰਜਾਬੀਆਂ ਨੂੰ ਉੱਥੇ ਸਿਕਿਉਰਿਟੀ ਦਿੱਤੀ ਜਾਵੇ ਜਦੋਂ ਕਿਸੇ ਲਾਰੀ ਦੇ ਵਿੱਚ ਉੱਥੇ ਪੰਜਾਬੀ ਜਾ ਰਹੇ ਤੇ ਇੱਕ ਗੱਡੀ ਪੰਜਾਬ ਦੀ ਆਰਮੀ ਦੀ ਨਾਲ ਚੱਲ ਜਾਇਆ ਕਰੇ ਇਹ ਵਕੂਏ ਹੋਣ ਹੀ ਨਾ ਇੰਨੀ ਜੋ ਆਰਮੀ ਆ ਹਾਂਜੀ ਹਾਂਜੀ ਤੇ ਆਰਮੀ ਦਾ ਹੁੰਦੀ ਵੀ ਸਿਕਿਉਰਿਟੀ ਵਾਸਤੇ ਜੇ ਸਾਨੂੰ ਸਿਕਿਉਰਿਟੀ ਨਹੀਂ ਉਹ ਦੇ ਸਕਦੀ ਤੇ ਫਿਰ ਸਾਡਾ ਵਾਲੀਵਾਰਸ ਕੌਣ ਚੀਫ ਜਸਟਿਸ ਸਾਹਿਬ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਆ ਉਹਨਾਂ ਨੂੰ ਮੈਂ ਕਹਿਣਾ ਕਿ ਫਿਲ ਫੋਰ ਨੋਟਿਸ ਲੈਣ ਆਪਦੇ ਵਾਸਤੇ ਤਾਂ ਲੈ ਲੈਨੇ ਆ ਜਦੋਂ ਆਪਦੇ ਘਰ ਦੀ ਗੱਲ ਆndi ਉਹ ਉਹਨਾਂ ਦੇ ਕੰਧ ਨੂੰ ਘਾਥ ਲਾ ਦਵੇ ਕਹਿੰਦੇ ਤੋਹੀਨ ਦੇ ਅਦਾਲਤ ਹੋਗੀ ਸਾਡੇ ਬੱਚੇ ਮਾਰਤੇ ਤੇ ਸਾਡੀ ਸਾਡੀ ਤੋਹੀਨ ਦੇ ਅਦਾਲਤ ਤੇ ਕੁਝ ਵੀ ਨਹੀਂ ਸਾਡੇ ਵਾਸਤੇ ਸਾਡੇ ਵਾਸਤੇ ਨੋਟਿਸ ਹੀ ਕੋਈ ਨਹੀਂ ਰਿਆ ਫਿਰ ਫਿਲ ਫੋਰ ਨੋਟਿਸ ਲਿਆ ਜਾਵੇ ਵਜ਼ੀਰ ਆਜ਼ਮ ਸਾਹਿਬ ਨੂੰ ਮੈਂ ਕਹਿਣਾ ਵੀ ਉਹ ਨੋਟਿਸ ਲੈਣ ਸਾਡੇ ਵਜ਼ੀਰ ਆਜ਼ਮ ਸਾਹਿਬ بلوچستان ਜਾਣ ਉਹ ਉਹਨਾਂ ਮੁਲਜ਼ਮਾਂ ਦਾ ਉੱਥੇ ਪਤਾ ਕਰਾ ਕੇ ਉਹਨਾਂ ਨੂੰ ਫੜਨ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਪੰਜਾਬ ਚ ਲਿਆ ਕੇ ਇਸੇ ਤਰ੍ਹਾਂ ਹੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਇਨਸਾਫ ਹੋਣਾ ਚਾਹੀਦਾ ਅੱਗੇ ਕੋਈ ਵਾਕੂਆ ਹੋਣਾ ਵੀ ਨਹੀਂ ਚਾਹੀਦਾ ਇਹਦਾ ਕੋ ਪੱਕਾ ਬੰਦੋਬਸਤ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਵਾਕਿਆ ਜਿਹੜੇ ਹੋਣੇ ਨਹੀਂ ਚਾਹੀਦੇ ਜੇ ਅਸੀਂ ਇੱਕ ਮੁੱਠ ਹੈਗਾ ਸਾਡਾ ਮੁਲਕ ਸਾਰੇ ਸਾਡੇ ਸੂਬੇ ਇੱਕ ਮੁੱਠ ਹੋਣਾ ਦੇ ਇਹ ਲਸਾਨੀਤ ਜਾਂ ਜਿਹੇ ਆਪਾਂ ਨੂੰ ਕਹਿੰਦੇ ਆ ਵੀ ਕੌਮੀਅਤ ਇਹ ਕੁਝ ਹੋਣਾ ਨਹੀਂ ਚਾਹੀਦਾ ਇਹਦੇ ਵਿੱਚ ਸਾਨੂੰ ਇੱਕ ਮੁੱਠ ਹੋ ਕੇ ਰਹਿਣਾ ਚਾਹੀਦਾ ਹੋਪਫੁਲੀ ਸਾਡੇ ਉਹ ادارے ਸਾਡੀਆਂ ਸਰਕਾਰਾਂ ਇਹਦੇ ਤੇ ਐਕਸ਼ਨ ਲੈਣੀਆਂ ਤੇ ਬੰਦੇ ਵੀ ਫੜੇ ਜਾਣਗੇ ਤੇ ਗਾਂ ਤੋਂ ਇਹ ਵਾਕਿਆਤ ਰੂਨਮਾ ਨਾ ਹੋਣ ਜੇ ਐਕਸ਼ਨ ਲੈਂਦੀਆਂ ਨਾਸਰ ਸਾਹਿਬ ਮੈਂ ਤੁਹਾਡੀ ਗੱਲ ਕੱਟਦਾ ਤੁਹਾਡੇ ਮੂੰਹ ਚ ਗੁਲਾਬ ਦਾ ਫੁੱਲ ਜੇ ਪਿਛਲੇ ਵਕੂਆ ਤੇ ਐਕਸ਼ਨ ਲਿਆ ਹੁੰਦਾ ਸੁਪਰੀਮ ਕੋਰਟ ਨੇ ਆਰਮੀ ਚੀਜ਼ ਵਜ਼ੀਰ ਆਜ਼ਮ ਨੇ ਤੇ ਅੱਜ ਇਹ ਵਕੂਆ ਹੁੰਦਾ ਹੀ ਨਾ ਲੇਕਿਨ ਸਾਡੀ ਬਿਸ਼ਰਮੀ ਦੇਖੋ ਕਿ ਇਹ ਕਿੰਨਾ ਵਕੂਆ ਹੋ ਗਿਆ ਹਰ ਸਾਲ ਹੁੰਦਾ ਸਾਡੇ ਪੰਜਾਬੀਆਂ ਨੂੰ ਕਦੀ ਕਿਤੇ ਕਤਲ ਕੀਤਾ ਜਾਂਦਾ ਕਦੀ ਕਿਤੇ ਪਰ ਇਹ ਕੋਈ ਨੋਟਿਸ ਨਹੀਂ ਲੈਂਦੇ ਜੇ ਹੁਣ ਨਾ ਲਿਆ ਗਿਆ ਤੇ ਅਸੀਂ ਵੀ ਜਾ ਕੇ ਧਰਨਾ ਦੇਵਾਂਗੇ ਅਸੀਂ ਜਿੱਦਾਂ ਉਹ ਬਲੋਚਿਸਤਾਨ ਨਾਲ ਲਿਆਏ ਸੀ ਉਹਨਾਂ ਦਾ ਵੀ ਹੱਕ ਸੀ ਸਾਡਾ ਵੀ ਹੱਕ ਆ ਅਸੀਂ ਆਪਣੇ ਪੁੱਤਰਾਂ ਵਾਸਤੇ ਇਨਸਾਫ ਮੰਗਾ ਕੇ ਉੱਥੇ اسلامਾਬਾਦ ਆ ਕੇ ਹੰਜਰਾ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀ ਮੁਹੱਬਤ ਦਾ ਤੁਹਾਡੀ ਗੱਲਬਾਤ ਦਾ ਹੰਜਰਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਸੋਹਣੀ ਗੱਲਬਾਤ ਹੋਈ ਤੇ ਅਸੀਂ ਉਮੀਦ ਕਰਦੇ ਹਾਂ ਵੀ ਇਹ ਸੋਸ਼ਲ ਮੀਡੀਆ ਜਿਹੜਾ ਵਾ ਜੇ ਕੱਲੇ ਮੰਡੀ ਵਾਲੇ ਜਾਂ ਜਿੱਥੋਂ ਜਿਨ੍ਹਾਂ ਦੇ ਬੱਚੇ ਜਿਹੜੇ ਆ ਮਾਰ ਦਿੱਤੇ ਗਏ ਸ਼ਹੀਦ ਕਰ ਦਿੱਤੇ ਗਏ ਅਸੀਂ ਉਹਨਾਂ ਦੇ ਨਾਲ ਆ ਜੀ سوشل میڈیا ਦੇ ਰਾਹੀਂ ਉਹਨਾਂ ਦੀ ਆਵਾਜ਼ ਲੋਕਾਂ ਤੱਕ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮਿਲਦੇ ਹਾਂ ਫਿਰ ਦੋ ਜੀ ਆਜ਼ਾਦ ਰਬ ਰੱਖੇ